ਪਾਕਿਸਤਾਨ ਦੇ ਵਿੱਚ ਤੁਸੀਂ ਐਜ਼ ਅ ਹੀਰੋਇਨ ਤੱਕ ਕਿੰਨੀਆਂ ਫਿਲਮਾਂ ਕੀਤੀਆਂ ਮੇਰਾ ਖਿਆਲ ਹੈ ਜ਼ਿਆਦਾ ਨਹੀਂ ਤਿੰਨ ਕਿ ਤਿੰਨ ਚਾਰ ਤਿੰਨ ਚਾਰ ਕਿਉਂਕਿ ਉਹਦੀ ਵਜ੍ਹਾ ਸੀ ਕਿ ਜਦੋਂ ਤੁਹਾਡੀ ਵਾਰੀ ਆਈ ਉਦੋਂ ਕੋ ਗੁਰੂ ਹੋ ਪਿਆ ਐਸੀ ਫਿਲਮ ਇੰਡਸਟਰੀ ਵਾਲਾ ਬਿਲਕੁਲ ਸਟੂਡੀਓ ਠੀਕ ਹੈ ਨਾ ਸਰ ਐਸੀ ਹੈ ਬੜੀ ਲੇਕਿਨ ਅੱਲਾਹ ਪਾਕ ਦਾ ਕਰਮ ਮੈਂ ਕਿ ਪ੍ਰੋਸਮ ਲੋਕ ਤੋਂ ਆਪਣਾ ਸਾਡੇ ਚੜ੍ਹਦੇ ਪੰਜਾਬ ਤੋਂ ਫਿਲਮਾਂ ਜੀ ਜੀ ਸ਼ੁਰੂ ਹੋਈਆਂ ਬਿਲਕੁਲ ਔਰ ਬੰਨੀਆਂ ਸ਼ੁਰੂ ਹੋਈਆਂ ਉਹਦੇ ਸਾਡੇ ਬਹੁਤ ਸਾਰੇ ਆਰਟਿਸਟ ਥੀਏਟਰ ਦੇ ਥੀਏਟਰ ਗਏ ਔਰ ਜਿਹੜੇ ਜਿਹੜੇ ਤੁਸੀਂ ਵੀ ਮਾਸ਼ਾਅੱਲਾਹ ਕਾਮਯਾਬ ਫਿਲਮਾਂ ਦੇ ਤੁਸੀਂ ਕਾਮਯਾਬ ਫਿਲਮਾਂ 'ਚ ਕੰਮ ਕਰ ਰਹੇ ਹੋ ਕੀਤਾ ਚੜ੍ਹਦੇ ਪੰਜਾਬ ਤੋਂ ਫਿਲਮਾਂ ਤੁਸੀਂ ਤੁਸੀਂ ਯੂਨੀ ਫਰਮਾ ਰਹੇ ਸੋ ਕਿ ਚਲ ਮੇਰਾ ਪੁੱਤਰੀ ਤੁਸੀਂ ਕੀਤੀ ਉਹ ਕਾਮਯਾਬ ਮੂਵੀ ਉਸ ਵਕਤ ਪਾਰਟ 4 ਦੇ ਵੀ 5 6 7 ਸੀਨ ਤਕਰੀਬਨ ਕਰਕੇ ਆਏ ਸਨ ਅੱਛਾ ਹੁਣ ਤੁਹਾਡੀ ਪਾਰਟ 4 ਅੱਜ ਇਨਸ਼ਾਅੱਲਾ ਉਹਦੇ ਲਈ ਜਾਣਾ ਰਿਗਾਰਡਿੰਗ ਰਿਗਾਰਡਿੰਗਲੀ ਸ਼ੂਟ ਲਈ ਤੇ ਐ ਕੁਇਨ ਦੀ ਡੈਥ ਦੀ ਗੱਲ ਹੋ ਤਾ ਨਾ ਉਹ ਥੋੜਾ ਜਿਹਾ ਅੱਗੇ ਚਲਾ ਅੱਗੇ ਚਲਾ ਗਿਆ ਸ਼ੈਡਿਊਲ ਐਸ ਤੋਂ ਇਲਾਵਾ ਹੋਰ ਕੋਈ ਫਿਲਮ ਬਾਰਦੀ ਤੁਸੀਂ ਕਰਦੇ ਹੋ ਸਿੱਖਦੀ ਫਿਲਹਾਲ ਤੇ ਮੈਂ ਉਹਨਾਂ ਨਾਲ ਹੀ 8-10 ਫਿਲਮਾਂ ਦਾ ਮੈਂ ਐਗਰੀਮੈਂਟ ਹੈ ਅੱਛਾ ਅੱਛਾ ਤੁਸੀਂ ਉਸ ਅਦਾਰੇ ਦੇ ਨਾਲ ਕਰਦੇ ਹੋ ਅੱਛਾ ਉਸ ਅਦਾਰੇ ਦੇ ਰਿਦਮ ਵਾਇਸ ਰਿਦਮ ਵਾਇਸ ਇਹਨ ਤੁਸੀਂ ਇਹ ਪਹਿਲੀ ਫਿਲਮ ਉਹਨਾਂ ਨਾਲ ਕੰਪਲੀਟ ਕੀਤੀ ਦੂਸਰੀ ਫਿਲਮ ਨੂੰ ਸ਼ੂਟ ਕੀਤਾ ਤੁਸੀਂ ਉਹਦੇ ਕੋਈ ਸੀਨ ਕੀਤੇ ਉੱਥੋਂ ਦੀ ਕੋਈ ਗੱਲ ਸੁਣਾਓ ਸਾਨੂੰ ਕਿ ਆਰਟਿਸਟਾਂ ਦਾ ਬਿਹੇਫੀ ਦਾ ਨਾਲ ਕਿਹਸਾ ਰਿਹਾ ਕਿਸ ਤਰ੍ਹਾਂ ਕਰੈਕਟਰ ਹੋਰ ਕਿਸ ਤਰ੍ਹਾਂ ਸਿਲੈਕਸ਼ਨ ਹੋਈ ਕੀ ਹੋਇਆ ਹਸਨ ਭਾਈ ਉਹ ਜਿਵੇਂ ਵਾਰੀ ਵਾਰੀ ਸਭ ਆਰਟਿਸਟਾਂ ਨੂੰ ਬੁਲਾ ਰਹੇ ਨੇ ਨਾ ਤੇ ਇਨਸ਼ਾਅੱਲਾ ਤੁਸੀਂ ਵੀ ਜਾਣਾ ਇਹ ਗੱਲ ਕਰ ਰਹੇ ਹਾਂ ਕਿ ਇਨਸ਼ਾਅੱਲਾ ਜਾਣਾ ਠੀਕ ਹੈ ਨਾ ਤੁਸੀਂ ਜਾਓਗੇ ਤੇ ਸਭ ਤੋਂ ਪਹਿਲੇ ਤੇ ਤੁਹਾਨੂੰ ਨਾ ਨਜ਼ਰ ਉਹਨਾਂ ਦੀ ਪੂਰੀ ਪੂਰੀ ਟੀਮ ਨੂੰ ਦੇਖ ਕੇ ਨਾ ਲਾਈਟਮੈਨ ਚਾਹ ਵਾਲਾ ਰੋਟੀ ਦੇਣ ਵਾਲਾ ਰੋਟੀ ਖਵਾਉਣ ਵਾਲਾ ਲਿਆਉਣ ਵਾਲਾ ਹਾਂ ਜੀ ਉਹਨਾਂ ਨੂੰ ਤੁਸੀਂ ਕੋਈ ਇੱਕ ਹੋਰ ਆਪਣੇ ਕੰਮ ਤੇ ਹਾਰਡ ਔਰ ਤੁਸੀਂ ਉਹਨਾਂ ਦਾ ਮਿਲਣਾ ਚੈੱਕ ਕਰਕੇ ਨਾ ਤੇ ਤੁਹਾਨੂੰ ਅੱਲਾ ਦਾ ਕਰਮ ਯਾਦ ਆਏਗਾ ਕਿ ਇਹਨਾਂ ਤੇ ਇਸ ਟਾਈਮ ਅੱਲਾ ਦਾ ਕਰਮ ਕਿਉਂ ਹੈ ਪੂਰੀ ਦੁਨੀਆ ਤੇ ਗਾਣਾ ਵੀ ਇਸ ਟਾਈਮ ਸਿੱਖਾਂ ਦਾ ਸੁਣਿਆ ਜਾ ਰਿਹਾ ਹੈ ਫਿਲਮ 20 ਸਰਦਾਰਾਂ ਦੀ ਸਾਡੇ ਸਰਦਾਰ ਭਰਾਵਾਂ ਦੀ ਹਰ ਜਗ੍ਹਾ ਵਿਖੀ ਜਾ ਰਹੀ ਹੈ ਇੰਜੀ ਗੱਲ ਹੂੰ ਉਹ ਸਰ ਮਿਲਦੇ ਹੀ ਇੰਜ ਨੇ ਵਾਹ ਵਾਹ ਅਦਬੀ ਨਾ ਜ਼ੁਬਾਨ 'ਚ ਮਿਠਾਸ ਹੀ ਇੰਨੀ ਵਾਹ ਵਾਹ ਹਰ ਕਿਸੇ ਨੂੰ ਆਪਣੇ ਤੋਂ ਵੱਡਾ ਸਮਝ ਕੇ ਮਿਲਦੇ ਨੇ ਠੀਕ ਹੈ ਯਾਨੀ ਕਿ ਡਾਇਰੈਕਟਰ ਵੀ ਪ੍ਰੋਡਿਊਸਰ ਜੀ ਸਰ ਜੀ ਸਰ ਭਾਜੀ ਕਹਿ ਕੇ ਵਾਹ ਵਾਹ ਕੋਈ ਇਸ ਤਰ੍ਹਾਂ ਦੀ ਖਾਸ ਗੱਲ ਕੋਈ ਜਿਹੜੀ ਸ਼ੇਅਰ ਕਰਨੀ ਚਾਹਵੋ ਕਿ ਉੱਥੇ ਕੋਈ ਐਸਾ ਛੋਟਾ ਜਿਹਾ ਵਾਕਿਆ ਹੈ ਜਾਂ ਕੋਈ ਇਸ ਤਰ੍ਹਾਂ ਦੀ ਕਿ ਜਿਸ ਤਰ੍ਹਾਂ ਤੁਸੀਂ ਇਹ ਗੱਲ ਸੁਣਾਦੇ ਹੋ ਉਸ ਐਕਟਰ ਦੀ ਜਾਂ ਜਿਹੜੇ ਨਾਲ ਤੁਹਾਡੇ ਕੋਈ ਜੀ 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 ਜਿਹੜੇ ਕੰਮ ਕਰ ਰਹੇ ਸਨ ਜੀ ਜੀ ਵਾਕਿਆ ਹੈ ਕਿ ਜੀ ਉਹ ਜੰਜੂਤ ਸਿੰਘ ਭਾਈ ਨੇ ਐਨ ਡਾਇਰੈਕਟਰ ਫਿਲਮ ਦੇ ਐ ਸੀਰੀਅਲ ਦੇ ਇਸ ਤੋਂ ਇਲਾਵਾ ਵੀ ਕਾਫੀ ਫਿਲਮਾਂਾਂ ਨੂੰ ਤੇ ਕਾਰਜ ਭਾਜੀ ਨੇ ਜਿਹੜੇ ਪ੍ਰੋਡਿਊਸਰ ਨੇ ਹਮਨਿੰਦਰ ਗਿਲ ਭਾਈ ਨੂੰ ਤੁਹਾਨੂੰ ਪਤਾ ਐਸ ਟਾਈਮ ਦੁਨੀਆ ਜਾਣਦੀ ਯਾਰ ਕਿਆ ਉਹਦੇ ਤੇ ਬੜਾ ਹੀ ਅਲਾ ਸੂਰਤ ਐਡਾ ਨੇਚਰਲ ਕਲਾਕਾਰ ਬੜੇ ਅਰਸੇ ਬਾਅਦ ਮੈਂ ਕੋਈ ਇਤਨਾ ਨੇਚਰਲ ਬਹਰਾਲ ਕਿਆ ਬਾਤ ਕਿਆ ਬਾਤ ਕਿਆ ਬਾਤ ਇਹ ਹੁਣ ਚੁੱਕੇ ਸਾਡਾ ਪਿਆਰ ਇਹਨਾਂ ਵੱਧ ਚੁੱਕਾ ਸੀ ਇਹਨਾਂ ਤੇ ਇਹ ਨਾ ਖਾਣੇ ਦੀ ਟੇਬਲ ਤੇ ਸਾਰਾ ਖਾਣਾ ਰੱਖ ਕੇ ਤੇ ਬੈਠੇ ਹੋਏ ਨੇ ਤੇ ਮੇਰਾ ਵੇਟ ਕਰ ਨੇ ਮੈਂ ਬਾਹਰ ਗਿਆ ਵਾਂ ਤੇ ਮੈਂ ਆਇਆ ਥੋੜਾ ਲੇਟ ਇਹਨਾਂ ਨੂੰ ਤਕਰੀਬਨ 7 ਤੱਕ ਮਿੰਟ ਨਾ ਗੁਜ਼ਰ ਚੁੱਕੇ ਸਨ ਖਾਣਾ ਅੱਗੇ ਪਿਆ ਹੈ ਕਹਿੰਦੇ ਉਹ ਵੀ ਆ ਜਾ ਯਾਰ 사જનભાઈ 사જન பாਜੀ ਆਉਂਦੇ ਆ ਤੇ ਫੈਸਲਾਬਾਦ ਵਾਲੀ ਜ਼ੁਬਾਨ ਨਾ ਪੰਜਾਬੀ ਤੂੰ ਆਇਆ ਵਾ ਕਿੱਥੇ ਚਲਾ ਵਾ ਉਹ பாਜੀ ਆਂਦੇ ਹੋਣੇ ਆ ਆਂਦੇ ਹੋਣੇ ਆ ਹੁਣ ਹੀ ਆਂਦੇ ਹੋਣੇ ਆ ਫਿਰ ਫਿਰ ਮਿਲ ਕੇ ਖਾਂਦੇ ਆ ਹਾਂ ਮੈਂ ਆਣ ਕੇ ਨਾ ਜਾਣ ਬੋਝ ਕੇ ਨਾ ਕਰਤੀ ਮੈਂ ਕਿ ਮੈਂ ਤੇ ਕਹਾ ਕੇ ਆ। ਅੱਛਾ ਅੱਛਾ ਤੇ ਇੱਕ ਹੈ ਕਿ ਜਾਣ ਬੋਝ ਕੇ ਲਿਫਟ ਚ ਵੜ ਗਏ। ਅੱਛਾ ਲਿਫਟ ਦੇ ਬਾਹਰ ਟੇਬਲ ਲਗਾ ਹੋਣਾ ਹੋਟਲ ਦੇ। ਅੱਛਾ ਅੱਛਾ। ਤੇ ਮੈਂ ਲਿਫਟ ਚ ਵੜ ਕੇ ਬਾਟਰਮ 'ਤੇ ਬਾਤ ਕਰ ਤੂ। ਤੇ ਉਹ ਬੜੀ ਅਜੀਬ ਜੀ ਕਾਫੀਅਤ ਉਹ ਵੀ ਉਹ ਜਿਹਾ ਨਹੀਂ ਦੇ ਫਿਰ ਨੌਂ ਤੇ ਪਹੁੰਚ ਗਏ ਫਿਰ ਉਹਨੇ ਆ

ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਗੱਲ ਸੁਣ ਕੇ ਅੱਛਾ ਜਿੱਡਾ ਵੱਡਾ ਉਹ ਫਨਕਾਰ ਹੈ ਹਮ ਜਿੰਨਾ ਅੱਲਾ ਦਾ ਉਸ ਬੰਦੇ ਤੇ ਕਰਮ ਹਮ ਤੇ ਲਾਲਾ ਉਹ ਨਹੀਂ ਉਹ ਮਿਹਰਮੰਦਾ ਗਾਉਂ ਟੂ ਅਰਥ ਆਜ਼ੀ ਨਾ ਟੁਰਦਾ ਵਾਹ ਵਾਹ ਮੈਂ ਖੁਦ ਉਹਨਾਂ ਨੂੰ ਵੇਖਿਆ ਹੈ ਭਾਜੀ ਭਾ ਨੂੰ ਅਮਨਿੰਦਰ ਸਾਹਿਬ ਨੂੰ ਕਿ ਉਹ ਇੱਕੋ ਹੀ ਪੈਂਟ ਚ ਡੇਢ ਮਹੀਨਾ ਸ਼ੂਟਿੰਗ ਦੇ ਸੈੱਟ ਤੇ ਗਏ ਨੇ ਇੱਕੋ ਹੀ ਪੈਂਟ ਜੀਨਸ ਪਾਈ ਹੋਈ ਜੀ ਦੂਜੀ ਹੈ ਨਹੀਂ ਸੀ ਤਬੀਅਤ ਨਹੀਂ ਨਹੀਂ ਜਿਹੜਾ ਐਡਾ ਹੀਰੋ ਹੈ ਕੋਈ ਦੂਸਰੀ ਕਿਉਂ ਨਹੀਂ ਮੈਂ ਗੱਲ ਤੇ ਸਮਝ ਗਿਆ ਯਾਰ ਲੇਕਿਨ ਕੀ ਬਾਤ ਹੈ ਕੀ ਬਾਤ ਮੈਂ ਉਹਨਾਂ ਦੀ ਦਰਵੇਸ਼ੀ ਦੱਸ ਹਾਂ ਮੈਂ ਸਮਝ ਰਿਹਾ ਮਲਾਂਗਾ ਆਦਮੀ ਹੈ ਵਾਹ ਵਾਹ ਬਹੁਤ ਅੱਛੇ ਬੜੀ ਗੱਲ ਹੈ ਬਹੁਤ ਨਾ ਹੈ ਸਰ ਐਡਾ ਨਾਮ ਐਡਾ ਕਰਮ ਕੋਈ ਉਹਦੇ ਬਾਅਦ ਇੰਨੀ ਸਾਦਗੀ ਜੀ ਸਰ ਕੋਈ ਮਿਲਣ ਵਾਲਾ ਵੀ ਆ ਗਿਆ ਨਾ ਤੇ ਪੂਰਾ ਹੱਥ ਮਲਾ ਕੇ ਅੱਛੇ ਤਰੀਕੇ ਨਾਲ ਜੱਫੀ ਪਾ ਕੇ ਹਾਂਜੀ ਯਾਨੀ ਇਨਸਾਨੀਅਤ ਯਾਨੀ ਕਿ ਫਲਕਾਰ ਤੇ ਉਹ ਹੈ ਠੀਕ ਹੈ ਉਹ ਨਾਲ ਇਨਸਾਨੀਅਤ ਦਾ ਹੋਣਾ ਇਹ ਤੇ ਸੋਨੇ ਤੇ ਸਵਾਲ ਉਹ ਪਰਫਾਰਮੈਂਸ ਦੇ ਵਿੱਚ ਜਿਹੜੀ ਇੱਕ ਅਛਾਈ ਨਜ਼ਰ ਆ ਰਹੀ ਹੈ ਨਾ ਕਿ ਬਹੁਤ ਅੱਛੀ ਪਰਫਾਰਮੈਂਸ ਹੈ ਦਾ ਮਤਲਬ ਹੈ ਕਿ ਉਹਦਾ ਹੀ ਅੱਛਾ ਇਨਸਾਨ ਹੁੰਦਾ ਦਾ ਰੱਬ ਦਾ ਕਰਮ ਵੀ ਹੈ ਇਸੇ ਲਈ ਆਨ ਕੈਮਰਾ ਵੀ ਤੇ ਆਫ ਕੈਮਰਾ ਵੀ ਇਹ ਬੜੀ ਖੂਬਸੂਰਤ ਗੱਲ ਹੁੰਦੀ ਹੈ ਔਰ ਇਹ ਹਰ ਕਿਸੇ ਚ ਵੀ ਨਹੀਂ ਹੁੰਦੀ ਉਹ ਮੈਂ ਕਹਿ ਰਿਹਾ ਕਿ ਇਹ ਰੱਬ ਜੀ ਨੂੰ ਨਵਾਜ਼ਦਾ ਜੀ ਰੱਬ ਦੀ ਦੇਣ ਨੇ ਬਿਲਕੁਲ ਬਹਰਾਲ ਮੇਰੀ ਬੜੀ ਬੈਸਟ ਵਿਸ਼ੇਸ ਨੇ ਸਾਡੇ ਚੜਦੇ ਪੰਜਾਬ ਦੇ ਪਰਾਂਵਾਂ ਵਾਸਤੇ ਵੀ ਬਿਲਕੁਲ ਸਾਡੇ ਲੈਂਦੇ ਪੰਜਾਬ ਦੇ ਪਰਾਂਵਾਂ ਵਾਸਤੇ ਵੀ ਅੱਲਾ ਇਹ ਸੰਗਤ ਜੋੜ ਐਸੇ ਤਰ੍ਹਾਂ ਹੀ ਬਣਿਆ ਰਵੇ ਆਮੀਨ ਸੁਬਾਨ ਉਹ ਤਰੱਕੀ ਦੇ ਰਸਤੇ ਤੇ ਗਾਮਜ਼ਨ ਰਵੋ ਆਮੀਨ ਮੈਂ ਨਾ ਇੱਕ ਉਸਤਾਦ ਦਾ ਮੰਦਾ ਸ਼ੇਰ ਜ਼ਰੂਰ ਪੜਨ ਹੁੰਨਾ ਲੇਕਿਨ ਮੇਰਾ ਡੀਟਰ ਕੱਢ ਦਿੰਦਾ ਜੇ ਤੱਕ ਕਿਸੇ ਪ੍ਰੋਗਰਾਮ 'ਚ ਨਹੀਂ ਲਾਇਆ ਪਤਾ ਨਹੀਂ ਉਹ ਕਿਤੇ ਨਾਲ ਮੇਰੇ ਨਾਲ ਵਾਇਦੇ ਜੀ ਉਸਤਾਦ ਆਮਨ ਨੇ ਲੇਕਿਨ ਉਹ ਸ਼ੇਰ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਤਾਂ ਕਹਿੰਦਾ ਮੇਰੇ ਹਰ ਪ੍ਰੋਗਰਾਮ ਚ ਲਾਇਆ ਕਰੋ ਜਦੋਂ ਵੀ ਚੜਦੇ ਹੋ ਲੈਂਦੇ ਪੰਜਾਬ ਦੀ ਗੱਲ ਜੀ ਉਸਤਾਦ ਆਮਨ ਫਰਮਾਂਦੇ ਨੇ ਕਿ ਸਾਡੀ ਵੀ ਯਾਰੋ ਅਜਬ ਹੈ ਵੰਡ ਹੋਈ ਥੋੜਾ ਇਸ ਪਾਸੇ ਥੋੜਾ ਉਸ ਪਾਸੇ ਸਾਡੀ ਵੀ ਯਾਰੋ ਅਜਬ ਹੈ ਵੰਡ ਹੋਈ ਥੋੜਾ ਇਸ ਪਾਸੇ ਥੋੜਾ ਉਸ ਪਾਸੇ ਅਸਾਂ ਮੰਜ਼ਲੇ ਮਕਸੂਦ ਤੇ ਪਹੁੰਚਣਾ ਕੀ ਟਾਂਗਾ ਐਸ ਪਾਸੇ ਘੋੜਾ ਉਸ ਪਾਸੇ ਵਾਹ 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 ਲੇਕਿਨ ਇੱਕ ਖਾਬ ਸੀ ਇਹ ਦੋਆ ਪੰਜਾਬਾ ਦਾ ਤੁਸੀਂ ਇਹ ਖਾਬ ਪੂਰਾ ਕਰ ਦਿੱਤਾ ਹੈ ਭਾਵੇਂ ਇੰਗਲੈਂਡ ਦੀਆਂ ਸੜਕਾਂ ਤੇ ਉਹ ਟਾਂਗਾ ਚੱਲਦੇ ਐ ਉਹ پوری ਦੁਨੀਆ ਤੇ ਚੱਲਦੇ ਐ ਸੌਰੀ ਇਹ ਗੱਲ ਤੁਹਾਡੀ ਗੱਲ ਕੱਟੀ ਮੇਰੀ ਗੱਲ ਸਹੀ ਚ ਆ ਗਈ ਬਰਤਾਨੀ ਹੈ ਨਾ ਯੂਕੇ ਜਿੰਨੂ ਸੀ ਕਹਨੇ ਦੋ ਤਿੰਨ ਨਾਮ ਨੇ ਇਸ ਮੁਲਕ ਦੇ ਠੀਕ ਹੈ ਜੀ ਹਮ ਅਸੀਂ ਸਾਰਿਆਂ ਨੇ ਇਹਨਾਂ ਕੋਲ ਲੜਾਈਆਂ ਕਰਕੇ ਮੁਲਕ ਖੋਏ ਨਾ ਹਾਂ ਸਾਡੇ ਦੇ 100 ਸਾਲ ਤੋਂ ਇਹਨਾਂ ਨੇ ਇਹਨਾਂ ਨੇ ਸਾਨੂੰ علیحدਾ ਕੀਤਾ ਇਸ ਪੰਜਾਬ ਨੂੰ ਉਸ ਪੰਜਾਬ ਨੂੰ ਤੇ ਦੋਵੇਂ ਪੰਜਾਬ ਇਹਨਾਂ ਦੇ ਮੁਲਕ ਸੀ ਅੱਲਾ ਨੇ ਭਾਏ ਹੋਏ ਨੇ ਵਾ 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 ਤੇ ਦੇ ਮੁਲਕ ਚ ਵਾ ਵਾ ਉੱਥੇ ਹੀ ਆਏ ਹਾਏ ਜਿਹਨਾਂ ਨੇ ਤੋੜੇ ਸੁਣ ਉੱਧਰ ਤੇ ਜੁਰੰਡੇ ਨੇ ਉਹ ਨਾਲ ਦੇ ਮੌਲਕੀ ਆਏ ਆਏ ਇਧਰ ਦਾ ਪੰਜਾਬੀ ਬੈਠਾ ਉਧਰ ਦਾ ਮੈਂ ਕਹਿੰਨਾ ਉਧਰ ਦਾ ਘੋੜਾ ਪਹੁੰਚ ਗਿਆ ਇਧਰ ਦਾ ਟਾਂਗਾ ਪਹੁੰਚ ਗਿਆ ਤੇ ਕੀ ਟਾਂਗਾ ਦਸ ਤੱਕ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਅਲੀਆ ਅਲੀਆ ਜੀਉਂਦੇ ਵਾਸਤੇ ਲੋ ਸਾਹਿਬ ਸਾਹਿਬ ਥੈਂਕ ਯੂ ਵੈਰੀ ਮਚ ਮੇਰਾ ਬਚਪਨ ਤੁਹਾਡੇ ਨਾਲ ਡਿਊ ਰਹਿ ਗਿਆ ਉਹ ਮੇਰਾ ਇੱਕ ਸੈਗਮੈਂਟ ਤੇ ਉਹ ਸੀ ਉਹਦੇ ਵਿੱਚ ਬਚਪਨ ਦੀਆਂ ਗੱਲਾਂ ਕਰਾਂਗੇ ਉਹ ਜਦੋਂ ਤੁਹਾਡਾ ਮੂਡ ਹੋਏਗਾ ਟਾਈਮ ਮਿਲੇਗਾ ਤੇ ਇਨਸ਼ਾ ਅੱਲਾਹ ਇਨਸ਼ਾ